ਉੱਪਰ ਸਾਰਾ ਪਿਆਜ਼ ਦਾ ਕੱਟਾ ਇੱਕ ਇੱਕ, ਬਾਕੀ ਸਾਰਾ ਗਊ ਮਾਸ ਨਾਲ ਭਰੀ ਹੋਈ ਗੱਡੀ ਜੀ। ਆਪਣੇ ਆ ਸਾਡੇ ਬਿਆਨ ਸਿੰਘ ਕਾਕੂ ਜੀ, ਗਊ ਰਕਸ਼ਾ ਦਲ ਦੇ ਜੀ। ਓਏ ਮੂੰਹ ਦਿਖਾ ਇੱਧਰ, ਕਮਲ ਜੀ ਬੋਲੋ। ਹੈਲੋ, ਮੂੰਹ ਦਿਖਾ ਇੱਧਰ, ਆਏ ਜੀ। ਕਿੰਨੀ ਬੈਠੀਆਂ ਜਲਦੀ ਬੋਲ, ਕਿੰਨੀ ਬੈਠੀਆਂ ਬੋਲ, ਕਿੰਨੀ ਬੈਠੀਆਂ ਜਲਦੀ ਬੋਲ। ਕੁਝ ਲੋਕਾਂ ਦੇ ਵੱਲੋਂ ਰਸਤੇ ਦੇ ਵਿੱਚ ਇੱਕ ਟਰੱਕ ਨੂੰ ਰੋਕਿਆ ਜਾਂਦਾ ਹੈ ਤੇ ਜਦੋਂ ਉਸਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸਦੇ ਉੱਪਰ ਪਹਿਲਾਂ ਤਾਂ ਪਿਆਜ਼ ਦੇ ਗੱਟੇ ਪਏ ਹੁੰਦੇ ਨੇ ਅਤੇ ਇਹਨਾਂ ਗੱਟਿਆਂ ਦੇ ਨੀਚੇ ਗਾਂ ਦਾ ਮਾਸ ਪਿਆ ਹੁੰਦਾ ਹੈ, ਜਿਸ ਨੂੰ ਵੇਖ ਕੇ ਉਹ ਲੋਕ ਕਾਫੀ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਇਹਨਾਂ ਦੋਨਾਂ ਲੋਕਾਂ ਨੂੰ ਮੌਕੇ ਤੇ ਕਾਬੂ ਕਰ ਲੈਂਦੇ ਨੇ ਤੇ ਜਦੋਂ ਇਸ ਸੰਬੰਧੀ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਇਸ ਸੰਬੰਧੀ ਜਿਹੜੀ ਜਾਣਕਾਰੀ ਉਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਨੇ ਇਹਨਾਂ ਹੁਣ ਦੋ ਤਸਕਰਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਹੈ। ਤੁਮ ਕਿਆ ਮਾਲ ਲੈ ਕੇ ਜਾ ਰਹੇ ਹੋ? ਸਰ ਹਮੇ ਬੋਲਾ ਹੈ ਇਹ ਚਿਕਨ ਬੋਨਲੈਸ ਹੈ ਸਾਰਾ। ਅੱਛਾ, ਔਰ ਤੁਹਾਰੇ ਮਿਲ ਕੇ ਜੋ ਗਾੜੀ ਮੇ ਗਊ ਮਾਸ ਹੈ ਇਸਕੇ ਉੱਪਰ ਕਿਆ ਲਾਦਾ ਹੋ ਆਪਨੇ? ਇਸਮੇ ਪਿਆਜ਼ ਹੈ ਸਰ, ਇਸਨੇ ਬੋਲਾ ਸਰ, ਮਾਲਿਕ ਨੇ ਬੋਲਾ ਰਿਐਲਿਟੀ ਪਹਿਚਾਨੀ ਹੈ। ਅੱਛਾ, ਮਤਲਬ ਸਬਜ਼ੀ ਉੱਪਰ ਹੈ ਔਰ ਨੀਚੇ ਗਊ ਮਾਸ ਹੈ। ਕਿਤਨੀ ਪੇਟੀਆਂ ਉਸਕੀ? ਪਤਾ ਨਹੀਂ ਹੈ ਸਰ, ਗਊ ਮਾਸ ਹੈ ਕਿ ਨਹੀਂ, ਕਿਤਨੀ ਚਿਕਨ ਬੋਨਲੈਸ ਹੈ ਇਹ ਨਹੀਂ ਪਤਾ ਹੈ ਸਰ। ਅੱਛਾ, ਆਪਕੋ ਕਿਆ ਬੋਲਾ ਗਿਆ? ਕਨੈਕਟਰ ਡਰਾਈਵਰ ਹਮੇ ਬੋਲਾ ਰਿਐਲਿਟੀ ਪਹਿਚਾਨੀ ਹੈ, ਹਮੇ ਬੋਲਾ ਰਿਐਲਿਟੀ ਪਹਿਚਾਨੀ ਹੈ। ਰਿਐਲਿਟੀ ਕੀ? ਰਿਐਲਿਟੀ ਜੋ ਬੰਦਾ ਤੇਰੇ ਕੋ ਲੋਕੇਸ਼ਨ ਦੇ ਰਿਹਾ ਤਾ ਉਹ ਕਹਾਂ ਪੇ ਹੈ? ਲੋਕੇਸ਼ਨ ਲੋਕੇਸ਼ਨ ਹਮੇ ਕੋਈ ਨਹੀਂ ਦੇਤਾ ਤਾ, ਹਮੇ ਖਾਲੀ ਉਧਰ ਮਾਲਿਕ ਨੇ ਲੋਡ ਕਰਵਾਇਆ, ਬੋਲਾ ਸਰ ਮੈਂ ਕਰੂੰਗਾ। ਮਤਲਬ ਬਿਨਾ ਕਾਗਜ਼ੋ ਕੇ ਗਾੜੀ ਤੁਹਾਡੇ ਪਾਸ ਕੋਈ ਬਿੱਲ ਨਹੀਂ ਹੈ ਇਸਕਾ? ਨਾ ਨਾ ਸਰ। ਲਾਇਸੈਂਸ ਵਗੈਰਾ ਹੈ ਤੁਹਾਡੇ ਪਾਸ? ਹਾਂ ਸਰ। ਦਿਖਾ। ਹਾਂ ਸਰ ਦਿਖਾ ਲਾਇਸੈਂਸ। ਗਾੜੀ ਮੈਂ ਸਰ ਗਾੜੀ ਮੈਂ ਤੋ ਗਾੜੀ ਕੀ ਕੋਈ ਮਿਲ ਕੇ ਤੁਹਾਡੇ ਪਾਸ ਕੋਈ ਬਿੱਲ ਨਹੀਂ ਹੈ ਪੱਕੇ? ਨਾ 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 ਸਰ। ਇਹ ਉਹ ਜਿਸ ਕੋਲ ਔਰ ਗਾੜੀ ਕਾ ਤੁਮੇ ਜੋ ਬਤਾ ਰਹੇ ਹੋ ਆਗੇ ਰਾਸਤਾ ਕਲੀਅਰ ਹੈ, ਕੌਣ ਬਤਾ ਰਿਹਾ ਹੈ ਉਹ? ਨਾ ਨਾ ਸਰ, ਹਮੇ ਕੋਈ ਕੁਛ ਨਹੀਂ ਬੋਲ ਰਿਹਾ ਹੈ। ਆਪਣੀ ਮਰਜ਼ੀ ਸੇ ਚੱਲ ਰਹੇ ਹੋ? ਆਪ ਮਾਲਿਕ ਨੇ ਵਾਂ ਸੇ ਬੋਲਾ ਬੋਲਾ ਖਾਲੀ ਰਿਐਲਿਟੀ ਬਚਾਨੇ ਕੇ ਲਈ ਇਸ ਲਈ ਸਬਜ਼ੀ ਡਾਲੀ ਹੋਈ ਹੈ ਉੱਪਰ ਪਿਆਜ। ਹਾਂ ਸਰ। ਇਹ ਮਾਲ ਜਾ ਕਾ ਆ ਰਹਾ ਹੈ? ਇਹ ਸ੍ਰੀਨਗਰ ਜਾ ਰਹਾ ਹੈ। ਅਬ ਮਾਰेंगे ਪੀਟेंगे। ਵਾਂ ਸੇ ਲੋਡ ਕੀ ਹੈ? ਇਹ ਸਾਡੇ ਕੋਲ ਸੂਚਨਾ ਸੀ ਇਸ ਟਰੱਕ ਦੀ ਜੀ, ਕਈ ਦਿਨਾਂ ਤੋਂ ਸੂਚਨਾ ਆ ਰਹੀ ਸੀ ਵੀ ਇਹ ਟਰੱਕ ਹੈ ਜਿਹੜਾ ਗਊ ਮਾਸ ਨੂੰ ਭਰ ਕੇ ਉੱਪਰ ਉਹਦੇ ਸਬਜ਼ੀਆਂ ਲਾ ਲੈਂਦਾ ਅਤੇ ਧੋਖਾ ਦੇ ਕੇ ਇਹ ਲੰਘ ਜਾਂਦਾ। ਅਤੇ ਅਸੀਂ ਜਦੋਂ ਸੂਚਨਾ ਮਿਲੀ ਸਾਨੂੰ, ਅਸੀਂ ਪੂਰੇ ਪੰਜਾਬ ਦੇ ਅੰਦਰ, ਲੁਧਿਆਣੇ ਦੇ ਅੰਦਰ, ਜਲੰਧਰ ਦੇ ਅੰਦਰ ਗਊ ਰਕਸ਼ਾ ਦਲ ਦੀਆਂ ਟੀਮਾਂ, ਖੰਨੇ ਦੇ ਅੰਦਰ, ਰਾਜਪੁਰੇ ਦੇ ਅੰਦਰ, ਗੋਬਿੰਦਗੜ੍ਹ ਦੇ ਅੰਦਰ, ਹਰ ਜਗ੍ਹਾ ਅੰਬਾਲੇ ਦੇ ਅੰਦਰ ਨਾਕਾਬੰਦੀ ਕਰਾਤੀ ਸੀ। ਜਦੋਂ ਇਹ ਗੱਡੀ ਸਾਨੂੰ ਇੱਥੇ ਆ ਕੇ ਟੱਕਰੀ ਲੁਧਿਆਣੇ, ਤਾਂ ਅਸੀਂ ਡੇਢ ਦੋ ਢਾਈ ਵਜੇ ਦੇ ਕਰੀਬ ਇਸ ਨੂੰ ਰੋਕ ਕੇ ਪੁਲਿਸ ਨੂੰ ਬੀਟੀ ਕਰਤੀ ਸੀ ਪਹਿਲਾਂ ਵੀ ਆਹ ਗੱਡੀ ਆ ਰਹੀ ਹੈ। ਪੁਲਿਸ ਦਾ ਕੋਈ ਨਾਕਾ ਤਾਂ ਨਹੀਂ ਲੱਗਿਆ,
ਪਰ ਅਸੀਂ ਆਪ ਇਹ ਪਕੜ ਕੇ ਫਿਰ ਪੁਲਿਸ ਦੇ ਹਵਾਲੇ ਕੀਤੀ ਹੈ। ਤੇ ਸਰ ਗੱਲ ਕਰੀਏ, ਅੱਜ ਆਪਾਂ ਥਾਣੇ ਦੇ ਬਾਹਰ ਖੜ੍ਹੇ ਹਾਂ, ਕੀ ਪ੍ਰਸ਼ਾਸਨ ਵੱਲੋਂ ਹੁਣ ਕੀ ਜਿਹੜੀ ਉਹ ਬਿਆਨ ਚੱਲ ਰਹੇ ਆ ਅੰਦਰ ਪਰਚਾ ਦਰਜ ਕਰਨ ਵਾਸਤੇ, ਅਤੇ ਕਾਰਵਾਈ ਤਾਂ ਮੈਂ ਕਹਾਂਗਾ ਢਿੱਲੀ ਹੋਈ ਚੱਲ ਰਹੀ ਹੈ, ਰਾਤ ਦਾ ਫੜਿਆ ਹੁਣ ਤੱਕ ਤਾਂ ਇਹ ਸਾਰਾ ਕੁਛ ਸੈਂਪਲਿੰਗ ਹੋ ਜਾਣੀ ਚਾਹੀਦੀ ਸੀ, ਪਰ ਚਲੋ ਅੰਦਰ ਚੱਲ ਰਹੀ ਹੈ ਕਾਰਵਾਈ, ਅਤੇ ਦੇਖਦੇ ਹਾਂ ਕਿ ਅਗਲੀ ਜਿਹੜੀ ਨੈਕਸਟ ਕਾਰਵਾਈ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਸਾਡੇ ਮੁਤਾਬਕ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ। ਪੁਲਿਸ ਛਾਪੇਮਾਰੀ ਕਰਦੀ ਹੈ ਜਿਨ੍ਹਾਂ ਨੇ ਇਹ ਕੰਮ ਕਰਿਆ, ਜੇ ਪੁਲਿਸ ਅੱਜ ਛਾਪੇਮਾਰੀ ਕਰਦੀ ਹੈ ਜਿੱਥੋਂ ਇਹ ਗੱਡੀ ਭਰੀ ਹੈ ਉੱਥੇ 20 ਟਨ ਮਾਸ ਪਿਆ ਫੈਕਟਰੀ ਦੇ ਅੰਦਰ, ਜੇ ਪੁਲਿਸ ਮੁਸਤੈਦੀ ਵਰਤੇ ਤਾਂ ਉਹ ਬੰਦੇ ਜਿਨ੍ਹਾਂ ਨੇ ਵੱਢੀਆਂ ਉਹ ਖੰਨੇ ਦੇ ਬੰਦੇ ਹੈ, ਬਹੁਤ ਵੱਡਾ ਗੈਂਗ ਹੈ ਇਹਨਾਂ ਦਾ ਗੁੱਜਰਾਂ ਦਾ, ਇਹ ਉੱਥੇ ਗਊਆਂ ਵੱਢ ਕੇ ਦਿੱਲੀ ਭੇਜਦੇ ਆ, ਦਿੱਲੀਓਂ ਪੈਕਿੰਗ ਹੋ ਕੇ ਫਿਰ ਇਹ ਅੱਗੇ ਜਾਂਦੀਆਂ, ਅਤੇ ਉਹਨਾਂ ਨੂੰ ਵੀ ਫੜਿਆ ਜਾ ਸਕਦਾ। ਇਹ ਕੰਮ ਕਿਉਂ ਵੱਧ ਰਿਹਾ, ਕਿਉਂ ਨਹੀਂ ਰੁਕ ਰਿਹਾ? ਪੁਲਿਸ ਦੀ ਜਿਹੜੀ ਕਾਰਵਾਈ ਹੈ ਪਰਚੇ ਤੱਕਰ ਸੀਮਿਤ ਹੈ, ਉਸ ਤੋਂ ਬਾਅਦ ਇਹਨਾਂ ਨੇ ਕਿਸੇ ਨੂੰ ਲੱਭਣਾ ਨਹੀਂ, ਕਿਸੇ ਨੂੰ ਦੇਖਣਾ ਨਹੀਂ, ਜਿਹੜੇ ਦੋ ਬੰਦੇ ਫੜਨੇ ਆ ਬਸ ਸਫੀਸ਼ੈਂਟ ਹੈ, ਉਸ ਤੋਂ ਬਾਅਦ ਕਹਾਣੀ ਖਤਮ ਹੋ ਜਾਂਦੀ। ਤੁਹਾਡੇ ਕਹਿਣ ਮੁਤਾਬਕ ਗੱਲ ਸਿਰਫ ਪਰਚੇ ਤੱਕ ਹੀ ਖਤਮ ਹੋ ਜਾਂਦੀ, ਉਸ ਤੋਂ ਬਾਅਦ ਕਾਰਵਾਈ ਕੋਈ ਨਹੀਂ ਕੀਤੀ ਜਾਂਦੀ, ਤੇ ਜਿਹੜੇ ਇਹ ਕੰਮ ਕਰ ਰਹੇ ਨੇ ਘੜਾ ਲੈਣਾ। ਕਾਰਵਾਈ ਸਿਰਫ ਇਹੀ ਨਹੀਂ ਵੀ ਪਰਚਾ ਕਰਦੇ ਤਾਂ ਪੁਲਿਸ ਦੀ ਕਾਰਵਾਈ ਖਤਮ ਹੈ, ਕਾਰਵਾਈ ਸ਼ੁਰੂ ਹੁੰਦੀ ਹੈ ਉਹਨੂੰ ਤਹਿ ਤੱਕਰ ਜਾਣਾ ਚਾਹੀਦਾ ਵੀ ਕਿੰਨੇ ਭਰਾਈ ਹੈ, ਕਿਹਦੇ ਕੋਲ ਜਾ ਰਹੀ ਹੈ, ਹਾਂਜੀ ਵਿੱਚ ਕੌਣ ਹੈ ਬੰਦੇ, ਕਿਹਨਾਂ ਨੇ ਗਊਆਂ ਭਰੀਆਂ, ਕਿਹਨਾਂ ਨੇ ਵੱਢੀਆਂ, ਕਿਹੜੇ ਲੈ ਕੇ ਗਏ, ਕਿਹੜੇ ਉਹਨਾਂ ਨੂੰ ਭਰਾ ਕੇ, ਕਿਹਨੇ ਉਹਨੂੰ ਬਿਲਟੀ ਦਿੱਤੀ, ਕਿਹਨੇ ਬਿੱਲ ਬਣਾਏ, ਸਾਰਿਆਂ ਨੂੰ ਜੇ ਕਾਬੂ ਕਰਦੀ ਹੈ ਪੁਲਿਸ, ਜੇ ਤੁਸੀਂ ਦੇਖਦੇ ਹੋਣੇ ਜੇ ਕਿਸੇ ਕੋਲ ਫੀਮ ਜਾਂ ਨਸ਼ਾ ਪਕੜਿਆ ਜਾਵੇ, ਪੁਲਿਸ ਦੇਖਦੀ ਹੈ ਵੀ ਕਿਹੜੀ ਗੱਡੀ ਸੀ, ਕਿਹੜੇ ਬੰਦੇ ਨੇ ਨਾਲ ਸੀ, ਕਿਹੜਾ ਉਹਦੇ ਨਾਲ ਗੱਡੀ 'ਚ ਬੈਠਿਆ ਸੀ, ਚਾਹੇ ਉਹਨੂੰ ਪਤਾ ਵੀ ਨਾ ਹੋਵੇ, ਉਹਨਾਂ ਦੇ ਪਰਚੇ ਕਰ ਦਿੰਦੇ। ਪਰ ਮੈਂ ਕਹਿੰਦਾ ਵੀ ਇਹ ਗਊ ਵਾਲਿਆਂ ਦੇ ਉੱਪਰ ਕਿਉਂ ਨਹੀਂ ਇਸ ਤਰ੍ਹਾਂ ਦੀ ਕਾਰਵਾਈ ਸਖ਼ਤ ਹੁੰਦੀ ਵੀ ਜਿਹੜਾ ਜਿਹੜਾ ਇਹਦੇ ਵਿੱਚ ਇਨਵੋਲਵ ਹੋਵੇ ਉਹਨਾਂ 'ਤੇ ਸਖ਼ਤ ਕਾਰਵਾਈ ਹੋਵੇ? ਬਿਲਕੁਲ, ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਦਾਂ ਦੀ? ਸਜ਼ਾ ਤਾਂ ਦੇਖੋ ਜੀ, ਮੈਂ ਸਰਕਾਰ ਦੀ ਜਿਹੜੀ ਕਾਰਜਕਾਰੀ ਆ ਉਸ ਤੋਂ ਬਹੁਤ ਨਾ ਖੁਸ਼ ਹਾਂ, ਖਾਸ ਕਰਕੇ ਗਊਆਂ ਦੇ ਮਸਲੇ 'ਚ। ਜਦੋਂ ਦੀ ਇਹ ਸਰਕਾਰ ਬਣੀ ਆ ਤਸਕਰੀ ਬੇਹਤਾਸ਼ਾ ਵੱਧ ਗਈ, ਤਸਕਰੀ ਤਾਂ ਵਧੀਆ ਪਰ ਇਸ ਦੌਰਾਨ ਅਸੀਂ ਕਈ ਬੁੱਚੜਖਾਨੇ ਵੀ ਫੜ ਲਏ ਪੰਜਾਬ 'ਚ, ਹਾਂਜੀ ਕਈ 5-6 ਟਰੱਕ ਫੜ ਲਏ ਮਾਸ ਦੇ ਭਰੇ ਹੋਏ, ਅਤੇ ਇਹ ਬੜਾ ਗਲਤ ਹੈ। ਸਰਕਾਰ ਨੂੰ ਜੇ ਕਹਿੰਦੇ ਹਾਂ ਵੀ ਨਸ਼ਿਆਂ ਨੂੰ ਕਾਬੂ ਕਰਨਾ, ਗੈਂਗਸਟਰਾਂ ਨੂੰ ਕਾਬੂ ਕਰਨਾ, ਤਾਂ ਇਹ ਜਿਹਾਦੀਆਂ ਨੂੰ ਵੀ ਕਾਬੂ ਕਰੋ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਹੋਏ ਆ। ਇਹਦੇ ਨਾਲ ਸਾਡੀਆਂ ਧਾਰਮਿਕ ਭਾਵਨਾ ਜੁੜੀਆਂ ਹੋਈਆਂ, ਜਿਹਦੇ ਨਾਲ ਕਦੇ ਵੀ ਦੰਗਾ ਫਸਾਦ ਹੋ ਸਕਦਾ। ਇਹਨਾਂ 'ਤੇ ਜ਼ਿਆਦਾ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਤੋਂ ਵੀ ਇਹ ਕੰਮ ਨਾ ਕਰਨ। ਕੋਈ ਸਵੇਰੇ 8:30-9 ਵਜੇ ਕੋਲ ਆਈ ਸੀਗੀ ਵੀ ਮੋਤੀਨਗਰ ਥਾਣੇ ਦੇ ਵਿੱਚ ਇੱਕ ਰਾਤੀ 2:30 ਵਜੇ ਸਾਡੇ ਸਤੀਸ਼ ਸ਼ਰਮਾ ਜੀ ਨੇ, ਜੋ ਗੋ ਰਕਸ਼ਾ ਸੇਵਾ ਦਲ ਦੇ ਪ੍ਰਧਾਨ ਨੇ ਆਪਣਾ ਦੇਸ਼ ਦੇ, ਉਹਨਾਂ ਨੇ ਇੱਕ ਟਰੱਕ ਫੜਿਆ 2:30 ਵਜੇ ਨੀਅਰ ਅਬਾਊਟ ਕੋਈ ਸ਼ੇਰਪੁਰ ਚੌਂਕ ਦੇ ਵਿੱਚ। ਮੈਨੂੰ ਕੋਲ ਆਈ, ਮੈਂ ਆਪਣੀ ਸਾਰੀ ਟੀਮ ਨੂੰ ਫੋਨ ਕੀਤਾ, ਅਸੀਂ ਇੱਥੇ ਪਹੁੰਚੇ। ਇੱਥੇ ਆ ਕੇ ਜਦੋਂ ਦੇਖਿਆ ਤਾਂ ਇੱਕ ਟਰੱਕ ਜਿਹਦੇ ਕਿ ਉੱਪਰ ਇਹਨਾਂ ਨੇ ਪਿਆਜ਼ ਪਾਏ ਹੋਏ ਨੇ, ਔਰ ਨੀਚੇ ਲਗਭਗ ਜੋ ਦੱਸਿਆ ਜਾ ਰਿਹਾ, ਵੈਸੇ ਖੋਲ੍ਹ ਕੇ ਨਹੀਂ ਦੇਖਿਆ, ਜੋ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੱਸਿਆ ਸਾਨੂੰ ਵੀ 500 ਦੇ ਨੇੜੇ ਤੇੜੇ ਪੈਕਟ ਆ ਜਿਹਦੇ ਵਿੱਚ ਉਹ ਗਊ ਮਾਸ ਉਹਨਾਂ ਨੇ ਅੰਦਰ ਦਿੱਤਾ ਹੋਇਆ। ਔਰ ਬੜੀ ਮੰਦਭਾਗੀ ਘਟਨਾ, ਬੜੀ ਮੰਦਭਾਗੀ ਕਿ ਸਾਡੀ ਜਿਹੜੀ ਇੱਕ ਮਾਤਾ ਵੈ, ਜਿਹੜੀ ਕਿ ਇੱਕ ਸਾਰੇ ਸਾਡੇ ਸੰਸਾਰ ਨੂੰ ਪਾਲਦੀ ਆਪਣਾ ਦੁੱਧ ਦੇ ਕੇ, ਕਿਉਂਕਿ ਦੁੱਧ ਦੇਣ ਵਾਲਾ ਅਸੀਂ ਮਾਤਾ ਦਾ ਦੁੱਧ ਪੀਂਦੇ ਹਾਂ, ਅਤੇ ਸਾਡੀ ਮਾਂ ਦੇ ਬਰਾਬਰ ਅਸੀਂ ਉਹਨੂੰ ਆਪਾਂ ਦਰਜਾ ਦਿੱਤਾ ਹੋਇਆ ਵਾ, ਉਹਦਾ ਇੱਕ ਕਤਲ ਕਰਕੇ ਇਹ ਕਸ਼ਮੀਰ ਭੇਜਿਆ ਜਾ ਰਿਹਾ। ਲਾਨਤ ਇਹੋ ਜਿਹੇ ਬੰਦਿਆਂ ਦੇ ਉੱਤੇ। ਔਰ ਮੇਰੀ ਹੁਣ ਪ੍ਰਸ਼ਾਸਨ ਅੱਗੇ ਵੀ ਮੰਗ ਹੈ, ਜਿਹੜੇ ਇਹੋ ਜਿਹੇ ਬੰਦੇ ਇਹੋ ਜਿਹੇ ਘਿਨੌਣੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਫੜਿਆ ਜਾਵੇ, ਉਹਨਾਂ ਨੂੰ ਮੇਨ ਪਿੱਛੇ ਜਿਹੜੀ ਹੈ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਸੁੱਟਿਆ ਜਾਵੇ। ਔਰ ਸਾਡੀ ਸਰਕਾਰ ਅੱਗੇ ਵੀ ਮੇਰੀ ਬੇਨਤੀ ਹੈ ਵੀ ਇਹ ਭਾਰਤ ਸਰਕਾਰ ਇਸ ਦੇ ਉੱਤੇ ਕੋਈ
ਕਾਨੂੰਨ ਬਣਾਵੇ, ਇਹੋ ਜਿਹਾ ਸਖਤ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੌਕੇ ਦੇ ਉੱਤੇ ਜਿਹੜਾ ਬੰਦਾ ਫੜਿਆ ਜਾਵੇ ਉਹਨੂੰ ਇਹ ਅੰਦਰ ਸਵਾਲਾਂ 'ਚ ਕੀਤਾ ਜਾਵੇ ਅਤੇ ਉਹਦੀ ਆ ਜਿਹੜੇ ਉਹਦੇ ਬੰਨ ਦੀ ਕਾਰਵਾਈ ਕੀਤੀ ਜਾਵੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹੀ ਕਹਿਣਾ ਚਾਹੁੰਦੇ ਹਾਂ, ਜਿਹੜਾ ਅੱਜ ਬਹੁਤ ਵੱਡੀ ਘਟਨਾ ਹੋਈ ਹੈ, ਜੋ ਪੰਜਾਬ ਦੇ ਵਿੱਚ ਹੋਈ ਬੜੀ ਵੱਡੀ ਘਟਨਾ ਹੋ ਚੁੱਕੀ ਹੈਗੀ ਆ, ਜੋ ਕਿ ਗਊ, ਇੱਕ ਗਊ ਦਾ ਮਾਸ, ਉਹਦੇ ਵਿੱਚ ਦੇਖ ਲਓ ਥੱਲੇ ਗੰਢੇ ਹੈਗੇ, ਉੱਤੇ ਗੰਢੇ ਹੈਗੇ, ਥੱਲੇ ਗਊ ਦਾ ਮਾਸ ਹੈਗਾ। ਵੀ ਮੈਂ ਕਹਿੰਦਾ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ, ਸਰਕਾਰ ਜੀ ਤੁਸੀਂ ਗੌਰਮੈਂਟ ਜਿਹੜੀ ਤੱਕ ਗੌਰ ਕਰੇ ਨਾ, ਗੌਰ ਕਰੇ ਤੇ ਮੰਦਿਰ ਤੇ ਗੁਰਦੁਆਰੇ 'ਚ ਜੁੱਤੀ ਚੋਰੀ ਨਹੀਂ ਹੋ ਸਕਦੀ, ਇਹ ਤਾਂ ਫਿਰ ਕਿੱਡਾ ਵੱਡਾ ਕਾਂਡ ਹੋ ਚੁੱਕਿਆ ਹੈਗਾ। ਪਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਸਖਤ ਤੋਂ ਸਖਤ ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਆ। ਜਿੱਥੋਂ ਵੀ ਮਾਸ ਆਇਆ ਗਊ ਦਾ, ਜਿੱਥੋਂ ਵੀ ਆਇਆ ਉੱਥੇ ਜਾ ਕੇ ਇਨਕੁਆਇਰੀ ਹੋਣੀ ਚਾਹੀਦੀ ਆ, ਬੰਦ ਹੋਣੇ ਚਾਹੀਦਾ ਸਿਸਟਮ। ਇਹ ਸਿਸਟਮ ਸਾਰਾ ਬਹੁਤ ਗਲਤ ਚੱਲਣ ਡਿਆ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਅਸੀਂ ਇੱਕ ਟਰੱਕ ਫੜਿਆ ਜਿਹੜਾ ਗਊ ਮਾਸ ਲੈ ਕੇ ਆ ਰਿਹਾ ਸੀ ਨੋਇਡਾ ਤੋਂ, ਇਹਨੇ ਜਾਣਾ ਸੀ ਕਸ਼ਮੀਰ। ਟਰੱਕ ਕੀਤਾ ਫੜਿਆ ਅਤੇ ਨਾਲ ਦੋ ਬੰਦੇ ਕਾਬੂ ਕੀਤੇ ਹੈ, ਇਹਨਾਂ ਦੇ ਵਿੱਚ ਗਊ ਮਾਸ ਹੈ ਲੈ ਕੇ ਜਾ ਰਹੇ ਸੀ। ਸਰ ਲੈ ਕੇ ਕਿਵੇਂ ਜਾ ਰਹੇ ਸੀਗੇ? ਹਾਂਜੀ, ਲੈ ਕੇ ਕਿਸ ਤਰ੍ਹਾਂ, ਜਿਹੜਾ ਕਿ ਲੁਕੋ ਕੇ ਲੈ ਕੇ ਜਾ ਰਹੇ, ਕਿੱਦਾਂ? ਇਹ ਟਰੱਕ ਦੇ ਵਿੱਚ ਥੱਲੇ ਗਊ ਮਾਸ ਦੇ ਪੈਕਟ ਬਣਾ ਕੇ ਛੋਟੇ ਛੋਟੇ ਰੱਖੇ ਹੋਏ ਆ, ਅਤੇ ਉੱਪਰ ਪਿਆਜ਼ ਦੇ ਬੋਰੀਆਂ ਰੱਖੀ ਹੈ। ਅਸੀਂ ਬਿਆਨ ਲਿਖ ਰਹੇ ਹਾਂ, ਬਿਆਨ ਲਿਖ ਕੇ ਜੋ ਕਾਰਵਾਈ ਬਣਦੀ ਹੈ।